ਇਸ ਵੇਲੇ ਦੀ ਤਾਜ਼ੀ ਖਬਰ ਆਈ ਹੈ ਤਰਨ ਤਾਰਨ ਤੋਂ, ਜਿੱਥੇ ਪਰਸੋਂ ਰਾਤ ਨੂੰ ਅਖੌਤੀ ਕਾਰ ਸੇਵਾ ਦੇ ਨਾਮ 'ਤੇ ਇਤਿਹਾਸਕ ਦਰਸ਼ਨੀ ਡਿਊੜੀ ਨੂੰ ਢੇਰੀ ਕਰਨ ਦੀ ਕਾਰ ਸੇਵਾ ਵਾਲੇ ਬਾਬਿਆਂ ਦੀ ਕਰਤੂਤ ਨਸ਼ਰ ਹੋਣ ਮਗਰੋਂ ਸਿੱਖ ਸੰਗਤ ਦੇ ਰੋਹ ਨੇ ਆਪਣਾ ਪ੍ਰਚੰਡ ਰੂਪ ਲੈ ਲਿਆ ਹੈ। ਸੰਗਤ ਕੱਲ੍ਹ ਸਵੇਰ ਤੋਂ ਹੀ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਦੇ ਸਾਹਮਣੇ ਦਰਸ਼ਨੀ ਡਿਊੜੀ ਦੇ ਅੱਗੇ ਸ਼ਾਂਤਮਈ ਧਰਨਾ ਲਾ ਕੇ ਬੈਠੀ ਹੋਈ ਹੈ ਅਤੇ ਉਪਰੋਕਤ ਦੋਸ਼ੀ ਬਾਬਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ। ਇਸੇ ਦੇ ਚੱਲਦੇ ਅੱਜ ਕੁਝ ਸਮਾਂ ਪਹਿਲਾਂ ਹੀ ਉਪਰੋਕਤ ਕਾਰ ਸੇਵਾ ਵਾਲੇ ਅਖੌਤੀ ਮਹਾਂਪੁਰਸ਼ਾਂ ਵੱਲੋਂ ਸੰਗਤ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰਾ ਸਾਹਿਬ ਦੇ ਨੇੜੇ ਲਗਾਏ ਕਾਰ ਸੇਵਾ ਦੇ ਬੋਰਡ ਉਤਾਰ ਦਿੱਤੇ ਗਏ ਹਨ। ਦੱਸ ਦਈ ਕਿ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਊੜੀ ਦੇ ਕੋਲ ਸੰਗਤ ਦਾ ਸ਼ਾਂਤਮਈ ਧਰਨਾ ਚੱਲ ਰਿਹਾ ਹੈ, ਜਿੱਥੇ ਸੰਗਤ ਸ਼੍ਰੋਮਣੀ ਕਮੇਟੀ ਅਤੇ ਉਪਰੋਕਤ ਬਾਬੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ। ਇਹਨਾਂ ਵੇਖੋ ਕੀ ਕੁਛ ਨਹੀਂ ਹੋਣ ਡਿਆ ਇੱਥੇ, ਇਹਨਾਂ ਨੇ ਆ ਵੇਲੋ ਪੁਰਾਤਨ ਸਮੇਂ ਦੀਆਂ ਆਪਣੀਆਂ ਦਰਸ਼ਨ ਡਿਊੜੀਆਂ ਨੇ, ਇਹਨਾਂ ਨੂੰ ਇਹ ਢਾ ਕੇ ਤੇ ਕੀ ਵਿਖਾਉਣ ਡਿਆ ਸਾਨੂੰ ਸਿੱਖ ਸੰਗਤ ਨੂੰ ਵੀ ਤੁਹਾਡੇ ਗੁਰਦੁਆਰਿਆਂ ਨੂੰ ਵੀ। ਇਹ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਵਿੱਚ ਕਾਂਗਰਸ ਸਰਕਾਰ ਨੇ ਗੋਲੇ ਬੰਬਾਂ ਦੇ ਨਾਲ ਢਾਏ ਤੇ ਇਹ ਉੱਠ ਕੇ ਬਾਬੇ ਕਾਰ ਸੇਵਾ ਵਾਲੇ ਬਣ ਜਾਂਦੇ ਆ, ਕਾਰ ਸੇਵਾ ਇਹਨਾਂ ਦੀ ਕਾਹਦੀ ਜੇ? ਇਹ ਸਾਡੇ ਗੁਰਦੁਆਰਿਆਂ ਨੂੰ ਢਾਉਣ ਦੀ ਕਾਰ ਸੇਵਾ ਇਹਨਾਂ ਦੀ ਆ ਕਿ ਬਣਾਉਣ ਦੀ ਕਾਰ ਸੇਵਾ ਇਹਨਾਂ ਦੀ? ਠੀਕ ਨਹੀਂ। ਇਹਨਾਂ ਨੂੰ ਹਰ ਚੀਜ਼ ਦੀ, ਹਰ ਸੰਗਤ ਦੇ ਵਿੱਚ ਇਹਨਾਂ ਨੂੰ ਸਰਕਾਰ ਦੇ ਨਾਲ ਹਰ ਇੱਕ ਚੀਜ਼ ਦੀ ਮਨਜ਼ੂਰੀ ਲੈ ਕੇ ਇੱਕ ਇੱਕ ਚੀਜ਼ ਦੀ ਫੇਰ ਪਤਾ ਇਹਨੂੰ, ਜਿਸ ਤਰ੍ਹਾਂ ਉਹਨਾਂ ਬਾਬਿਆਂ ਨੇ ਕਿਹਾ ਨਾ, ਫੇਰ ਇਹ ਕੰਮ ਕਰਨਾ ਚਾਹੀਦਾ। ਤੇ ਕੋਈ ਇਹਨਾਂ ਨੇ ਮਨਜ਼ੂਰੀ ਨਹੀਂ, ਰਾਤ ਨੂੰ 200 ਬੰਦਾ 250 ਬੰਦਾ ਸਣੇ ਜੋੜਿਆ ਲਾਲਾ ਲਾਲਾ ਕਰ ਦਿੱਤੀ, ਤੇ ਜਿਹੜੇ ਗਾੜੀ ਖੜੇ ਹੋਏ ਸਾਡੇ ਵਰਗੇ ਉਹਨਾਂ ਨੂੰ ਜੁੱਤੀਆਂ ਫੇਰਤੀਆਂ, ਡਾਂਗਾਂ ਫੇਰ ਦਿੱਤੀਆਂ। ਇਹਨੂੰ ਇਸੇ ਤਰ੍ਹਾਂ ਮੁਰੰਮਤ ਕਰਨ, ਅਸੀਂ ਨਹੀਂ ਢਾਉਣ ਦੇਣੀ ਇਹ, ਤੇ ਸਾਡੇ ਗੁਰੂ ਦੀ ਮਰਜ਼ਾਦਾ ਹੈ, ਇਹ 200 ਸਾਲ ਦੀ ਆ, ਇਹ ਨਹੀਂ ਟੱਠੂਗੀ। ਇਹ ਜੋੜੇ ਲੈ ਗਏ, ਇਹ ਤਾਂ ਕਿਉਂ ਚੜੇ? ਮੈਂ ਜੀ ਇਵੇਂ ਲੈਂਦੀ ਹਾਂ ਵੀ ਇਹ ਆਪਣਾ ਜਿਹੜਾ ਸਿਧਾਂਤ ਖਤਮ ਕਰਨਾ ਚਾਹੁੰਦੇ ਆ, ਪਹਿਲਾਂ ਆਪਣੀਆਂ ਇਤਿਹਾਸਕ ਇਮਾਰਤਾਂ ਨੂੰ ਖਤਮ ਕਰਨਗੇ ਅਤੇ ਲੋਕ ਜਿਹੜੇ ਉਹ ਜਿਹੜੇ ਆਮ ਜਿਹੜੀ ਅਗਲੀਆਂ ਜਨਰੇਸ਼ਨ ਆਉਣਗੀਆਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗੂਗਾ ਕਿ ਸਾਡਾ ਸਿੱਖਾਂ ਦਾ ਇਤਿਹਾਸ ਕੀ ਆ। ਅਤੇ ਸੈਰਗਾਹ ਬਣਾਉਣੀ ਚਾਹੁੰਦੇ ਆ ਹਰ ਬਿਲਡਿੰਗ ਨੂੰ ਵੀ ਨਵੇਂ ਨਵੇਂ ਟੈਕਨੀਕ ਨਾਲ ਚੀਜ਼ਾਂ ਬਣਾਓ, ਪਰ ਜਿਹੜੀਆਂ ਸਾਡੀਆਂ ਇੰਨੀਆਂ ਵਿਰਾਸਤੀ ਚੀਜ਼ਾਂ ਉਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹਨਾਂ ਨੇ ਤਾਂ ਅਕਾਲ ਤਖਤ ਦੇ ਉੱਤੇ ਜੋ ਢਾਹ ਢਵਾਈ ਹੋਈ ਤਾਂ ਉਹਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ ਸੀ, ਸ਼ੀਸ਼ੇ ਵਿੱਚ ਮੜ ਕੇ ਰੱਖਣਾ ਚਾਹੀਦਾ ਸੀ, ਪਰ ਇਹਨਾਂ ਨੇ ਉੱਥੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਰਹਿਣ ਦਿੱਤਾ। ਇਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਇਹ ਮੈਨੂੰ ਲੱਗਦਾ ਹੈ ਪਤਾ ਨਹੀਂ ਕਿਹੜੇ ਸਿਧਾਂਤ 'ਤੇ ਕੰਮ ਕਰਦੇ ਆ ਕਿ ਜੋ ਮਲੀਆ ਮੇਟ ਕਰਦੇ ਹੋ ਇਤਿਹਾਸ ਦਾ ਅਤੇ ਕਾਰ ਸੇਵਾ ਦੇ ਨਾਂ 'ਤੇ। ਮੈਂ ਮਤਲਬ ਬਿਲਕੁਲ ਇਹ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਇਤਿਹਾਸ ਉਹ ਸਾਂਭਿਆ ਜਾਣਾ ਚਾਹੀਦਾ, ਨਾ ਕਿ ਉਹਨੂੰ ਢਾਹ ਢਵਾਈ ਕਰਕੇ। ਅਤੇ ਕਿਸੇ ਦੀ ਇਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਢਵਾ ਰਹੇ ਆ? ਵੀ ਮੈਨੂੰ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੈਥੋਂ ਕੋਈ ਮਨਜ਼ੂਰੀ ਨਹੀਂ ਲਈ ਗਈ, ਤਾਂ ਫਿਰ ਇਹ ਕੌਣ ਹੈ ਜਿਹੜੇ ਬਿਨਾਂ ਮਨਜ਼ੂਰੀ ਤੋਂ ਢਾਹ ਗਏ? ਕੀ ਲੇਬਰ ਨੇ ਆਪਣੀ ਮਰਜ਼ੀ ਨਾਲ ਢਾਹਤਾ? ਇਹ ਸਵਾਲ ਹੈ ਸਾਡਾ ਸਿੱਖ ਸੰਗਤ ਦਾ ਸਾਰੀ ਦਾ, ਵੀ ਬਿਨਾਂ ਮਨਜ਼ੂਰੀ ਤੋਂ ਇਹ ਢਹਿ ਨਹੀਂ ਸਕਦਾ ਅਤੇ ਸ਼੍ਰੋਮਣੀ ਕਮੇਟੀ ਪੂਰੀ ਦੀ ਤਰ੍ਹਾਂ ਜ਼ਿੰਮੇਵਾਰ ਹੈ ਇਹਦੇ। ਹਾਂਜੀ, ਤੁਸੀਂ ਚਾਹੁੰਦੇ ਹੋ ਕਿ SCPC ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ? ਬਿਲਕੁਲ ਚਾਹੁੰਦੀ ਹਾਂ ਮੈਂ, ਕਹਿੰਦੀ ਵੀ ਇਹ ਬਹੁਤ ਵੱਡੀ ਘਟਨਾ ਹੈ ਸਾਡੇ ਲਈ, ਸੰਗਤਾਂ ਦੇ ਹਿਰਦੇ ਵਲੁੰਦਰੇ ਗਏ ਆ, ਇੱਥੇ ਸੰਗਤਾਂ ਆ ਕੇ ਪ੍ਰੋਟੈਸਟ 'ਤੇ ਬਹਿ ਗਈਆਂ, ਅਤੇ ਉਹਨੂੰ ਚਾਹੀਦਾ ਹੈ ਕਿ ਆਪ ਆ ਕੇ ਪਹਿਲਾਂ ਵੇਖੇ ਤਾਂ ਸਹੀ ਵੀ ਮਨਜ਼ੂਰੀ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ, ਅਤੇ ਜੇ ਦਿੱਤੀ ਆ ਤਾਂ ਉਹਨੂੰ ਇਮੀਡੀਏਟ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ।